ਪਿੰਡ ਭੰਮੇ ਕਲਾਂ ਵਿੱਚ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਇੱਕ ਮੀਟਿੰਗ ਕੀਤੀ। ਇਹ ਮੀਟਿੰਗ ਥਾਣਾ ਮੁਖੀ ਜੌੜਕੀਆਂ ਕਰਮਜੀਤ ਕੌਰ ਦੀ ਅਗਵਾਈ ਦੇ ਵਿੱਚ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਭਾਗ ਲਿਆ ਅਤੇ ਮੁੱਖ ਮਹਿਮਾਨ ਦੇ ਵਜੋਂ DSP ਅਮਰਜੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸਮਾਜ ਵਿਰੋਧੀ ਅਤੇ ਨਸ਼ਾ ਤਸਕਰਾਂ ਨੂੰ ਸਖ਼ਤ ਤਾੜਨਾ ਕੀਤੀ ਅਤੇ ਉਹਨਾਂ ਕਿਹਾ ਕਿ ਆਪਣੀਆਂ ਹਰਕਤਾਂ ਤੋਂ ਅਜਿਹੇ ਲੋਕ ਬਾਜ ਆਉਣ, ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਪਿੰਡ ਵਾਸੀਆਂ ਨੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉੱਗੇ ਖੂਨਦਾਨੀ ਡਾਕਟਰ ਹਰਦੇਵ ਸਿੰਘ ਕੌਰਵਾਲਾ, ਸਾਬਕਾ ਸਰਪੰਚ ਕੁੰਡਾ ਸਿੰਘ, ਮੋਹਨ ਸਿੰਘ, ਸਿਕੰਦਰ ਸਿੰਘ ਅਤੇ ਨੌਜਵਾਨ ਮੌਜੂਦ ਸਨ। ਆਹ ਜਿਹੜੇ ਚਿੱਟੇ ਚੁੱਟੇ ਆ ਜਾਂ ਮੈਡੀਕਲ ਨਸ਼ੇ ਆ, ਇਹ ਤਾਂ ਆਪਾਂ ਤਾਂ ਕਦੇ ਆਪਣੇ ਟਾਈਮ 'ਚ ਸੋਚਿਆ ਹੀ ਨਹੀਂ ਸੀ ਵੀ ਕੋਈ ਸਕੂਲ 'ਚ ਨਸ਼ਾ ਆ ਜਾਊਗਾ। ਕਦੇ ਸੋਚਿਆ ਸੀ ਕਿਸੇ ਨੇ ਆਪਣੇ ਟਾਈਮ, ਜਿਹੜੇ ਹੁਣ ਪੁਰਾਣੇ ਬੰਦੇ ਬੈਠੇ ਹੋ, ਕਾਲਜਾਂ 'ਚ ਵੀ ਹੈ ਨਹੀਂ ਸੀ, ਕੋਈ ਬਿਰਲਾ ਕੇਸ ਹੋਊਗਾ ਜੇ ਹੋਇਆ। ਔਰ ਇਹ ਦੁੱਖ ਦੀ ਗੱਲ ਇਹ ਆ ਵੀ ਜਿਹੜਾ ਮੈਡੀਕਲ ਨਸ਼ੇ ਨੇ ਅਤੇ ਇਹ ਚਿੱਟਾ, ਇਹ ਛੋਟੇ ਬੱਚੇ ਖਾਂਦੇ ਆ। ਪ੍ਰਾਇਮਰੀ ਸਕੂਲਾਂ ਤੋਂ ਗੱਲ ਸ਼ੁਰੂ ਹੋ ਗਈ, ਪੱਕੜ ਉਮਰ ਦਾ ਕੋਈ ਬੰਦਾ ਇਹ ਨਸ਼ੇ ਨਹੀਂ ਲੈਂਦਾ, ਸਿਰਫ ਛੋਟੇ ਬੱਚੇ ਖਾਂਦੇ ਆ। ਅਤੇ ਆਪਣਾ ਪੰਜਾਬ ਪੰਜਾਬ ਨਹੀਂ ਰਹਿ ਗਿਆ ਹੁਣ, ਇਹਦਾ ਇੱਕ ਨਾਂ ਹੀ ਰਹਿ ਗਿਆ ਪੰਜਾਬ, ਉਹ ਪੰਜਾਬ ਨਹੀਂ ਰਿਹਾ। ਨਸ਼ੇ ਦੀ ਵਜ੍ਹਾ ਕਰਕੇ ਨਾ ਤਾਂ ਪੰਜਾਬੀਆਂ ਦੇ ਜੁੱਸੇ ਰਹਿ ਗਏ ਅਤੇ ਨਾ ਹੀ ਕਰੈਕਟਰ ਰਹਿ ਗਏ। ਦੋ ਚੀਜ਼ਾਂ ਲਈ ਪੰਜਾਬੀ ਦੁਨੀਆ ਭਰ 'ਚ ਮਸ਼ਹੂਰ ਹੁੰਦੇ ਸੀ, ਜੁੱਸਾ ਪੰਜਾਬੀਆਂ ਦਾ ਜਿਹੜਾ ਜਾਣਦੇ ਹੋ ਤੁਸੀਂ ਸਾਰੇ ਪੁਰਾਣੇ ਬੰਦੇ, ਅਤੇ ਕਰੈਕਟਰ। ਜਿੱਥੇ ਪੰਜਾਬੀ ਬੈਠਾ ਉੱਥੇ ਕਹਿੰਦੇ ਹੁੰਦੇ ਸੀ ਵੀ ਹੁਣ ਕੋਈ ਖਤਰਾ ਨਹੀਂ ਕਿਸੇ ਵੀ ਧੀ ਧਿਆਣੀ ਦਾ, ਕਿਸੇ ਵੀ ਸਟੇਟ ਦਾ, ਕਿਸੇ ਵੀ ਮੁਲਕ ਦਾ। ਹੁਣ ਪੰਜਾਬੀਆਂ ਦੇ ਹੱਥੋਂ ਦੋਨੇ ਗੱਲਾਂ ਹੀ ਚਲੀਆਂ ਗਈਆਂ, ਜੁੱਸਾ ਵੀ ਗਿਆ ਅਤੇ ਕਰੈਕਟਰ ਵੀ ਗਿਆ। ਇਹਦੀ ਵਜ੍ਹਾ ਜਿਹੜੀ ਨਸ਼ਾ ਹੀ ਆ, ਮੇਨ ਨਸ਼ੇ ਤੋਂ ਸ਼ੁਰੂਆਤ ਹੁੰਦੀ ਆ। ਬਾਕੀ ਅੱਗੇ ਜਿਵੇਂ ਦੇ ਹਾਲਾਤ ਬਣਦੇ ਜਾਂਦੇ ਆ, ਨਸ਼ੇ ਨਸ਼ਾ ਜਿਵੇਂ ਕਹਿੰਦੇ ਆ ਬੰਦੇ ਦੀ ਅਣਖ ਨੂੰ ਖਾ ਜਾਂਦਾ ਹੈ। ਜਦੋਂ ਬੰਦੇ ਦੀ ਅਣਖ ਹੀ ਚਲੀ ਗਈ, ਉਹ ਭਲਾ ਕਿਸੇ ਵੀ ਉਮਰ 'ਚ ਆ, ਫਿਰ ਉਹ ਕੁਛ ਵੀ ਕਰ ਸਕਦਾ, ਉਹ ਚੋਰੀ ਵੀ ਕਰ ਸਕਦਾ, ਉਹ ਕੋਈ ਹੋਰ ਛੇੜਖਾਨੀ ਵੀ ਕਰੂਗਾ, ਸਭ ਕੁਛ ਕਰੂਗਾ, ਘਰੇ ਲੜਾਈ ਝਗੜਾ ਵੀ ਕਰੂਗਾ। ਉਹਦਾ ਮਕਸਦ ਫਿਰ ਨਸ਼ੇ ਦੀ ਪੂਰਤੀ ਰਹਿ ਜਾਂਦਾ, ਹੋਰ ਕੋਈ ਉਹਦਾ ਮਕਸਦ ਨਹੀਂ ਰਹਿੰਦਾ ਜ਼ਿੰਦਗੀ ਦਾ, ਬਸ ਇੰਨਾ ਕੀ ਰਹਿ ਜਾਂਦਾ। ਪਹਿਲੇ 5-4 ਸਾਲ ਬੰਦਾ ਨਸ਼ਾ ਖਾਂਦਾ, ਫਿਰ ਜਿਹੜਾ ਨਸ਼ਾ ਹੈ ਉਹ ਬੰਦੇ ਨੂੰ ਖਾਂਦਾ। ਬੰਦਾ ਤਾਂ ਨਸ਼ਾ ਤਾਂ 2-3 ਸਾਲ ਹੀ ਖਾਂਦਾ ਮੈਂ ਕਹੂੰਗਾ, ਫਿਰ ਤਾਂ ਨਸ਼ਾ ਬੰਦੇ ਨੂੰ ਖਾਂਦਾ। ਫਿਰ ਉਹਨੂੰ ਪੈਦਾ ਕਰਨਾ ਪੈਂਦਾ, ਕਿਤੋਂ ਵੀ ਲਿਆਵੇ, ਭਲਾ ਕਿਸੇ ਦਾ ਗਲ ਘੁੱਟੇ, ਕਿਤੇ ਬੈਂਕ ਲੁੱਟੇ, ਕੁਛ ਵੀ ਕਰੇ, ਪਰ ਆਪਣੇ ਸਾਹਮਣੇ ਇਹ ਗੱਲਾਂ ਹੋ ਹੀ ਜਾਂਦੀਆਂ। ਆਪਾਂ ਇਕੱਠੇ ਤਾਂ ਹੋਏ ਹਾਂ ਵੀ ਇਹ ਗੱਲਾਂ ਆਪਾਂ ਰੋਕਣੀਆਂ ਹੈ। ਜੇ ਆਪਾਂ ਸਾਰੇ ਇੱਕ ਮਤਲਬ ਲੋਕ ਲਹਿਰ ਬਣਾਵਾਂਗੇ ਇਹਨੂੰ, ਇਕੱਲੀ ਪੁਲਿਸ ਜੇ ਖੜ ਜੂਗੀ, ਪੁਲਿਸ ਪਰਚੇ ਦੇ ਦੂਗੀ, ਚਾਰ ਛਿੱਤਰ ਮਾਰ ਦੂਗੀ, ਕਿਸੇ ਦੇ ਕੀ ਕਰੂ। ਜਿੰਨਾ ਚਿਰ ਇਹ ਲੋਕ ਲਹਿਰ ਨਹੀਂ ਬਣਦੀ, ਨਸ਼ਿਆਂ ਦਾ ਬਿਲਕੁਲ ਖਾਤਮਾ ਨਹੀਂ ਹੁੰਦਾ। ਐਂ ਚੱਲੀ ਜਾਣਗੇ ਅਸੀਂ।